ਦੋਸਤੋ ਬੈਂਗਣੀ ਦੀ ਸਬਜ਼ੀ ਨੂੰ ਹਰ ਤਰ੍ਹਾਂ ਦੇ ਲੋਕ ਪਸੰਦ ਕਰਦੇ ਹਨ ਅਤੇ ਇਸ ਕਰਕੇ ਇਸ ਦੀ ਪ੍ਰਚਲਿਤਤਾ ਸਾਰੇ ਦੇਸ਼ਾਂ ਵਿੱਚ ਹੁੰਦੀ ਹੈ ਅਤੇ ਮੰਡੀਆਂ ਵਿੱਚ ਵੀ ਆਮੋ ਆਮ ਮਿਲ ਜਾਂਦੀ ਹੈ, ਜਿਸ ਕਰਕੇ ਇਸ ਨੂੰ ਖਰੀਦਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਪਰ ਕੁਝ ਸਿਆਣੇ ਲੋਕ ਇਸ ਨੂੰ ਖਾਣ ਤੋਂ ਇਨਕਾਰ ਕਰਦੇ ਹਨ, ਪਰਹੇਜ਼ ਕਰਦੇ ਹਨ ਅਤੇ ਕਰਨ ਦੀ ਸਲਾਹ ਵੀ ਦਿੰਦੇ ਹਨ, ਕਿਉਂਕਿ ਉਹਨਾਂ ਦੇ ਮੁਤਾਬਕ ਇਸ ਵਿੱਚ ਰੇਹਾਂ ਸਪਰੇਆਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਤਾਂ ਜੋ ਇਸ ਦੀ ਪ੍ਰੋਡਕਸ਼ਨ ਵੱਧ ਸਕੇ ਅਤੇ ਇਸ ਤੋਂ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ। ਅਤੇ ਪਰ ਉਹ ਸਾਡੀ ਸਿਹਤ ਉੱਪਰ ਇਸ ਦਾ ਬੁਰਾ ਪ੍ਰਭਾਵ ਨਹੀਂ ਦੇਖਦੇ, ਇਸ ਤੋਂ ਸਾਡੇ ਸਰੀਰ ਨੂੰ ਬਹੁਤ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ। ਅਤੇ ਆਪਾਂ ਇਸ ਦਾ ਹਿੱਲਾ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ, ਤਾਂ ਵੀਡੀਓ ਨਾਲ ਜੁੜੇ ਰਹੋ, ਸਿੱਧਾ ਵੀਡੀਓ ਵਿੱਚ ਵੱਧਦੇ ਹਾਂ। ਦੋਸਤੋ ਜਿਹੜੀ ਬੈਂਗਣੀ ਦੀ ਸਬਜ਼ੀ ਹੈ, ਜੇਕਰ ਅਸੀਂ ਸ਼ੁੱਧ ਤਰੀਕੇ ਨਾਲ ਉਗਾਉਂਦੇ ਹਾਂ ਤਾਂ ਸਾਨੂੰ ਇਸ ਤੋਂ 5 ਤਰੀਕੇ ਨਾਲ ਲਾਭ ਮਿਲਦਾ ਹੈ। ਇੱਕ ਤਾਂ ਜੀ, ਇਹ ਸਾਡੇ ਸਰੀਰ ਨੂੰ ਜੋ ਜ਼ਰੂਰੀ ਤੱਤ ਹੁੰਦੇ ਆ ਉਹਨਾਂ ਦੀ ਸਾਡੇ ਸਰੀਰ ਵਿੱਚ ਪੂਰਤੀ ਕਰ ਦਿੰਦੀ ਹੈ ਅਤੇ ਸਾਡੇ ਸਰੀਰ ਤੰਦਰੁਸਤ ਹੋ ਜਾਂਦਾ ਹੈ। ਦਿਲ ਦੇ ਰੋਗਾਂ ਨੂੰ ਕਾਫ਼ੀ ਹੱਦ ਤੱਕ ਘਟਾਉਣ ਵਿੱਚ ਮਦਦਗਾਰ ਸਬਜ਼ੀ ਹੈ। ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਸਾਡੇ ਸਰੀਰ ਦੀ, ਉਸਨੂੰ ਵੀ ਵਧਾਉਂਦੀ ਹੈ ਅਤੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਵਿੱਚ ਰੱਖਦੀ ਹੈ ਅਤੇ ਭਾਰ ਘਟਾਉਣ ਵਿੱਚ ਵੀ ਕਾਫ਼ੀ ਹੱਦ ਤੱਕ ਜੋ ਲਾਹੇਮੰਦ ਸਬਜ਼ੀ ਇਹੀ ਹੈ ਜੀ। ਅਤੇ ਇਸ ਕਰਕੇ ਇਸ ਦੀ ਖੇਤੀ ਸਾਨੂੰ ਖੁਦ ਕਰਨੀ ਚਾਹੀਦੀ ਹੈ, ਨਾ ਕਿ ਇਸ ਨੂੰ ਬਾਜ਼ਾਰ ਵਿੱਚੋਂ ਖਰੀਦਣਾ ਚਾਹੀਦਾ ਹੈ। ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਇਹ ਜੇਕਰ ਅਸੀਂ ਬਾਜ਼ਾਰ ਵਿੱਚੋਂ ਖਰੀਦਦੇ ਹਾਂ ਤਾਂ ਸਾਨੂੰ ਪਤਾ ਨਹੀਂ ਕਿ ਉੱਥੇ ਜੋ ਸਬਜ਼ੀ ਹੈ ਵਧੀਆ ਤਰੀਕੇ ਨਾਲ ਉਗਾਈ ਗਈ ਹੈ ਕਿ ਨਹੀਂ, ਉਸ ਵਿੱਚ ਰੇਹਾਂ ਦੀ ਵਰਤੋਂ ਕਿੰਨੀ ਕੀਤੀ ਗਈ ਸਾਨੂੰ ਨਹੀਂ ਪਤਾ ਹੁੰਦਾ, ਇਸ ਕਰਕੇ ਇਸ ਦੀ ਖੇਤੀ ਸਾਨੂੰ ਖੁਦ ਕਰਨੀ ਚਾਹੀਦੀ ਹੈ। ਤਾਂ ਇਸ ਦੀ ਖੇਤੀ ਕਿਵੇਂ ਕਰਨੀ ਚਾਹੀਦੀ ਹੈ ਉਸ ਵੱਲ ਹੁਣ ਵੱਧਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਇਸ ਦੀ ਖੇਤੀ ਕਿਸ ਪ੍ਰਕਾਰ ਕਰਨੀ ਹੈ ਅਤੇ ਇਸ ਤੋਂ ਅਸੀਂ ਕਿਵੇਂ ਲਾਭ ਲੈ ਸਕਦੇ ਹਾਂ। ਤਾਂ ਵੱਧਦੇ ਹਾਂ ਸਿੱਧਾ ਇਹਦੀ ਖੇਤੀ ਵੱਲ। ਦੋਸਤੋ ਜਿਨ੍ਹਾਂ ਵੀਰਾਂ ਨੂੰ ਨਹੀਂ ਪਤਾ ਕਿ ਇਸ ਦੀ ਜੋ ਬੈਂਗਣੀ ਦੀ ਖੇਤੀ ਹੈ ਉਹ ਕਿਹੜੇ ਤਰੀਕੇ ਨਾਲ ਹੁੰਦੀ ਹੈ, ਤਾਂ ਉਹਨਾਂ ਦੇ ਲਈ ਦੱਸ ਰਹੇ ਹਾਂ ਕਿ ਇਸ ਦੀ ਖੇਤੀ ਪਨੀਰੀ ਨਾਲ ਹੀ ਹੁੰਦੀ ਹੈ ਅਤੇ ਪਨੀਰੀ ਸਾਨੂੰ ਬਾਜ਼ਾਰ ਵਿੱਚੋਂ ਜਾਂ ਜਿੱਥੋਂ ਬੀਜ ਮਿਲਦਾ ਹੈ ਉੱਥੋਂ ਤੁਹਾਨੂੰ ਪਨੀਰੀ ਉਪਲਬਧ ਹੋ ਜਾਵੇਗੀ। ਤੁਹਾਨੂੰ ਤਕਰੀਬਨ 2 ਤੋਂ 3 ਰੁਪਏ ਇੱਕ ਬੂਟੇ ਦੇ ਮਗਰ ਦੇਣੇ ਪੈਣਗੇ ਅਤੇ ਤੁਹਾਨੂੰ ਜਿੰਨੀ ਤੁਹਾਡੀ ਸ਼ਰਧਾ ਹੈ, ਜਿੰਨੀ ਤੁਹਾਨੂੰ ਲੋੜ ਹੈ, ਉਨੇ ਬੂਟੇ ਤੁਸੀਂ ਲਿਆ ਸਕਦੇ ਹੋ। ਅਤੇ ਇਸ ਦੀ ਸਬਜ਼ੀ ਦੀ ਖੇਤੀ ਲਈ ਉਪਜਾਊ ਜ਼ਮੀਨ ਦੀ ਲੋੜ ਹੁੰਦੀ ਹੈ ਅਤੇ ਤੁਸੀਂ ਘਰ ਵਿੱਚ ਜੇਕਰ ਤੁਹਾਡੀ ਉਪਜਾਊ ਜ਼ਮੀਨ ਮੌਜੂਦ ਹੈ ਤਾਂ ਤੁਸੀਂ ਇਸ ਦੀ ਉਸ ਵਿੱਚ ਖੇਤੀ ਕਰ ਸਕਦੇ ਹੋ। ਸਿੰਪਲੀ ਵੱਟਾਂ ਪਾ ਕੇ 1 ਤੋਂ 2 ਫੁੱਟ ਦੀ ਦੂਰੀ 'ਤੇ ਬੂਟੇ ਲਾਓ ਅਤੇ ਨਾਲ ਦੀ ਉਹਨਾਂ ਨੂੰ ਪਾਣੀ ਦਿਓ ਤਾਂ ਜੋ ਉਹਨਾਂ ਦੀ ਜੜ੍ਹਾਂ ਨਾ ਮਰਨ, ਬੂਟਾ ਨਾ ਮਰੇ। ਅਤੇ ਲੋੜ ਅਨੁਸਾਰ ਇਹਨਾਂ ਨੂੰ ਪਾਣੀ ਖਾਦਾਂ ਦਿੰਦੇ ਰਹੋ। ਜੇਕਰ ਪੋਸੀਬਲ ਹੋਵੇ ਤਾਂ ਔਰਗੈਨਿਕ ਖਾਦਾਂ ਪਾਓ, ਰਸਾਇਣਿਕ ਖਾਦ ਨਾ ਪਾਓ, ਕਿਉਂਕਿ ਇਹ ਅਸੀਂ ਖੁਦ ਖਾਣੀ ਹੈ ਅਤੇ ਆਪਣੇ ਭਾਈਚਾਰੇ ਵਿੱਚ ਵੀ ਇਸ ਨੂੰ ਦੇਖ ਸਕਦੇ ਹਾਂ ਅਤੇ ਉਹਨਾਂ ਦਾ ਵੀ ਅਸੀਂ ਲਾਭ ਕਰ ਸਕਦੇ ਹਾਂ। ਤਾਂ ਇਸ ਲਈ ਰਸਾਇਣਿਕ ਖਾਦਾਂ ਤੋਂ ਬਚੋ, ਕੀਟਨਾਸ਼ਕ ਵੀ ਬਹੁਤ ਘੱਟ ਤੋਂ ਘੱਟ ਪਾਓ ਇਸ ਉੱਪਰ। ਅਤੇ ਪ੍ਰਕਾਰ ਜਦੋਂ ਅਸੀਂ ਇਹਦੀ ਚੰਗੀ ਦੇਖਭਾਲ ਕਰਾਂਗੇ ਤਾਂ ਸਾਨੂੰ ਇਹ ਲਗਭਗ 65 ਦਿਨਾਂ ਦੇ ਨੇੜੇ ਸਾਨੂੰ ਜੋ ਫਲ ਦੇਣਾ ਸ਼ੁਰੂ ਕਰ ਦੇਵੇਗਾ ਅਤੇ ਸਾਨੂੰ ਇਸ ਤੋਂ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਤਾਂ ਜੀ ਮੁੱਕਦੀ ਗੱਲ, ਇਸ ਦੀ ਜੇਕਰ ਤੁਹਾਨੂੰ ਕਿਸੇ ਕੀੜੇ ਉੱਪਰ ਜਾਂ ਕਿਸੇ ਵੀ ਬਿਮਾਰੀ ਉੱਪਰ ਸਮੱਸਿਆ ਹੁੰਦੀ ਹੈ ਇਸ ਬੂਟੇ ਨਾਲ, ਤਾਂ ਤੁਸੀਂ ਆਪਣੀ ਸਕਰੀਨ ਉੱਪਰ ਨੰਬਰ ਦੇਖ ਰਹੇ ਇਸ ਉੱਪਰ ਕਾਲ ਕਰਕੇ ਸਾਤੋਂ ਕੁਛ ਵੀ ਪੁੱਛ ਸਕਦੇ ਹੋ ਇਸ ਖੇਤੀ ਬੈਂਗਣੀ ਦੀ ਖੇਤੀ ਰਿਲੇਟਡ ਓਨਲੀ। ਤਾਂ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ। ਮੈਂ ਉਮੀਦ ਕਰਦਾ ਕਿ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਅਤੇ ਬੈਂਗਣੀ ਦੀ ਖੇਤੀ ਬਾਰੇ ਜੋ ਨੌਲੇਜ ਸੀ ਉਹ ਤੁਹਾਨੂੰ ਮਿਲ ਗਈ ਹੋਵੇਗੀ। ਅਤੇ ਇਸ ਨਾਲ ਦੀਆਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀਆਂ ਹਨ, ਤੁਹਾਡੇ ਮਦਦ ਕਰਦੀਆਂ ਹਨ, ਤਾਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।